ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਚੈਨਲ 'ਚ ਅਤੇ ਆਪਣਾ ਮੀਨਸ ਸਾਡਾ ਆਪਣਾ ਸਾਂਝਾ ਹੀ ਆ ਅਤੇ ਮੈਂ ਫਿਰ ਹਾਜ਼ਰ ਹਾਂ ਜੀ ਰੰਗਾ ਰੰਗ ਪ੍ਰੋਗਰਾਮ ਲੈ ਕੇ ਫਿਰ ਅਤੇ ਇਹਦੇ 'ਚ ਹੀ ਪੂਰਾ ਮਨੋਰੰਜਨ ਹੋਏਗਾ ਜੀ ਤੁਸੀਂ ਹੱਸੋਗੇ ਹਰਕਤਾਂ ਦੇ ਬਸ ਜਵਲੀਆਂ ਮਾਰਦਾ ਜੀ ਮੈਂ ਤਾਂ ਬਸ ਮੇਰੀ ਜ਼ਿੰਦਗੀ ਆਪਾਂ ਜ਼ਿੰਦਗੀ ਜਿਉਣ ਦਾ ਸਟਾਈਲ ਹੀ ਇੱਦਾਂ ਦਾ ਜੀ ਹਰੇਕ ਪਲ ਨੂੰ ਇੰਜੋਏ ਕਰਦੇ ਹਾਂ ਜੀ ਆਪਾਂ ਅਤੇ ਉਹ ਲੋਕਾਂ ਨੂੰ ਕਈਆਂ ਨੂੰ ਜਵਲੀਆਂ ਲੱਗਦੀਆਂ ਕਈ ਹੱਸਦੇ ਆ ਕਈ ਕਹਿੰਦੇ ਆ ਬੱਚਾ ਹੀ ਹੈ ਜੋ ਮਰਜ਼ੀ ਕੋਈ ਪਰ ਬਸ ਜੀ ਇੱਦਾਂ ਹਰੇਕ ਕੋਈ ਆਪਣੇ ਆਪਣੇ ਢੰਗ ਨਾਲ ਜ਼ਿੰਦਗੀ ਜਿਉਂਦਾ ਹੈ ਨਾ ਜੀ ਉੱਦਾਂ ਹੀ ਆ ਅਤੇ ਵਕਤ ਵੀ ਚੈਨਲ ਨੂੰ ਸਪੋਰਟ ਕਰਦੇ ਵਧੀਆ ਲੱਗਦਾ ਜੀ ਦੇਖ ਕੇ ਅਤੇ ਇੱਦਾਂ ਹੀ ਸਪੋਰਟ ਕਰਦੇ ਰਹੋ ਜੀ ਚੱਕ ਕੇ ਰੱਖੋ ਜੀ ਕੰਮ ਅਤੇ ਬਾਕੀ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਵਾਲਾ ਸ਼ੁਰੂ ਹੁੰਦੇ ਹਾਂ ਜੀ ਪਰ ਉਸ ਤੋਂ ਪਹਿਲਾਂ ਹੀ ਆਪਾਂ ਗੱਚੇ ਖਾਂਦੇ ਹਾਂ ਜੀ ਆਹ ਦੇਖੋ ਜੀ ਮਿੱਠਾ ਫੜਿਆ ਪੁੱਠੀ ਫੜੀ ਜੀ ਆਹ ਦੇਖੋ ਜੀ ਹੈ ਗੱਚੇ ਗਈ ਇੱਥੇ ਜੀ ਕਹਿ ਦੇਖੋ ਬਹੁਤ ਦੁਨੀਆ ਅੰਡੇ ਜੀ ਇੱਥੇ ਉੱਥੋਂ ਥੱਲੇ ਥੱਲੇ ਦੁਨੀਆ ਆਹ ਕੀ ਸਵਾਦ ਹੈ ਜੀ ਲਾਸਟ ਚੱਕਾ ਸਾਰਾ ਸਾਰਾ ਅਵੇਲੇਬਲ ਰਹਿੰਦੀ ਹੈ ਇੱਥੇ ਟੇਸਟ ਚੀਰਾ ਆਹ ਦੇਖੋ ਜੀ ਸਾਹਮਣੇ ਹੈ ਔਖਾ ਟੈਪ ਵੈਸੇ ਕੋਈ ਗੱਡੀ ਲੱਗਦਾ ਜੀ ਇੱਥੇ ਮੈਂ ਤੀਸਰੀ ਚੌਥੀ ਵਾਰ ਦੇਖਣ ਲੱਗਾ ਜੀ ਇਹ ਰੂਮ ਪਿੰਜਣ ਵਾਲੇ ਨੇ ਤੁਹਾਨੂੰ ਮੈਂ ਦਿਖਾਵਾਂਗਾ ਜੀ ਬੰਦਾ ਇਹ ਜਿਵੇਂ ਦੀ ਇਹਨਾਂ ਨੇ ਫੋਟੋ ਇੱਥੇ ਡਾਕਟਰ ਵਾਲੀ ਲਾਈ ਹੈ ਨਾ ਜੀ ਵੀ ਰੂਮ ਵਾਲਾ ਡਾਕਟਰ ਸਰਾਣਿਆ ਡਾਕਟਰ ਬੰਦਾ ਵੀ ਸੇਮ ਹੈ ਜੀ ਉੱਦਾਂ ਦਾ ਤੁਸੀਂ ਦੇਖ ਕੇ ਹੱਸੋਗੇ ਜੀ ਮੈਂ ਤਾਂ ਬਣਾਵਾਂਗਾ ਜਿੱਦਣ ਸ਼ੁਰੂ ਹੋਇਆ ਨਾ ਹੈ ਨਾ ਇੱਕ ਦੋ ਦਿਨ ਕੰਮ ਕਰਨਾ ਜੀ ਪਰ ਮਿਹਨਤ ਇਹੀ ਹੈ ਕਿ ਘਰਾਂ 'ਚ ਜਾ ਕੇ ਲੋਕਾਂ ਨੂੰ ਲਿਆਉਂਦੇ ਨੇ ਰਜਾਈਆਂ ਸਰਾਣੇ ਅਤੇ ਫਿਰ ਇੱਥੇ ਆ ਕੇ ਮਸ਼ੀਨ ਚਲਾਉਂਦੇ ਨੇ ਆਪਣੇ ਆਟਾ ਚੱਕੀ ਵਾਲੀ ਮਸ਼ੀਨ ਨਹੀਂ ਹੁੰਦੀ ਉੱਦਾਂ ਮਸ਼ੀਨ ਨਹੀਂ ਇਹਨਾਂ ਦੇ ਅੰਦਰ ਦਿਖਾਵਾਂ ਤੁਸੀਂ ਹੱਸੋਗੇ ਜਿੱਦਣ ਹੈ ਨਾ ਸੇਮ ਲਾ ਲਓ ਕਿ ਉਹਨੇ ਕੋਟ ਵੀ ਪਾਇਆ ਹੋਣਾ ਜੀ ਕੰਨਾਂ ਵਾਲੇ ਵੀ ਲਾਏ ਹੋਣਗੇ ਅਤੇ ਨੱਕ ਵੀ ਐਵੇਂ ਸੇਮ ਜੀ ਅਤੇ ਸਿਰ ਮੱਥਾ ਵੀ ਇੱਦਾਂ ਜੀ ਸੇਮ ਬਸ ਸਿਰਾ ਚੀਜ਼ ਸੀ ਉਹ ਵੀ ਦੇਖ ਕੇ ਤੁਸੀਂ ਹੱਸੋਗੇ ਜੀ ਉਹ ਕੀ ਕਰਨਾ ਭਾਈ ਇਹ ਦੇਖੋ ਜੀ ਇਹ ਲੱਗਾ ਕੈਪਟਨ ਪਾ ਬੋਤਲਾਂ ਪਾਉਣੇ ਅਤੇ ਪੱਧਰ ਬੇਬੇ ਆ ਗਈ ਮੈਂ ਲੱਗਾ ਸੀ ਚਾਰ ਚਾਰ ਲਿਫਾਫੇ ਆਏ ਨੇ ਹੁਣ ਮੈਂ ਬੰਦੇ ਨੂੰ ਵੀ ਵਾਰੀ ਦੇਤੀ ਹੈ ਮੇਰੇ ਦੋ ਲਿਫਾਫੇ ਪੈ ਗਏ ਨੇ ਜੀ ਇਹ ਠੰਡ ਮਿਲੇਗਾ ਇੱਥੇ ਨਾ 45 ਸੈਂਟ ਦਾ ਪਾਣੀ ਆਉਂਦਾ ਵਿੱਚ 25 ਸੈਂਟ ਦੀ ਬੋਤਲ ਬੋਤਲਾਂ ਪਾ ਰਹੇ ਨੇ ਇੱਥੇ ਕੋਈ ਹੁਣ ਆਈ ਆਪਣੀ ਵਾਰੀ ਗਏ ਮੇਰੀਆਂ ਪਰਚੀਆਂ ਪਈਆਂ ਜੀ ਸਿੱਧਾ ਬੋਤਲ ਪਾ ਲਈ ਬਸ ਆਪਾਂ ਦੋ ਲਿਫਾਫੇ ਰਹਿ ਗਏ ਬਸ ਵੀਰੇ ਟਮਾਟਰ ਦੇਖ ਕਿੰਨੇ ਖਰੀਦੇ ਨੇ ਓਏ ਤਾਂ ਘੁੰਮ ਰਿਹਾ ਜੀ ਇੱਥੇ ਉਹ ਦੇਖੋ ਜੀ ਉਹਦਾ ਮਾਲਕ ਵੀ ਇੱਥੇ ਹੀ ਹੈ ਪਹਿਲਾਂ ਮੈਂ ਡਰ ਗਿਆ ਸੀ ਮੇਰੀ ਲੱਤ ਪਾੜ ਦੇਗਾ ਹੈਲੋ ਯਾਰ ਵਿਲ ਮੀ ਕਲੀਅਰ ਸਪੀਲ ਨੂੰ ਚਾਓ ਸ਼ੋਨ ਤਾਗ ਨੂੰ ਪੈ ਗਏ ਸੀ ਮੈਨੂੰ ਐ ਆ ਗਈ ਆਪਣੀ ਨਹਿਰ ਹੁਣ ਮੈਂ ਰਸਤਾ ਲੱਭਣਾ ਆਪਣਾ ਪਰਾਂ ਜਾਣ ਦਾ ਅਤੇ ਪਰਾਂ ਜਾਣ ਵਾਸਤੇ ਰਸਤਾ ਢੂੰਡਣਾ ਪੜੇਗਾ ਜੀ
ਦੇਖਦੇ ਆ ਇਹ ਰਸਤਾ ਨੂੰ ਲੱਗਦਾ ਕਿ ਕਾਫੀ ਅੱਗੇ ਜਾ ਕੇ ਰਸਤਾ ਮਿਲਣਾ ਹੈ ਰਸਤਾ ਤੇ ਇੱਕ ਹੈਗਾ ਜੀ ਪਰ ਜੋਖਿਮ ਵਾਲਾ ਹੈ ਕਿ ਵਿੱਚ ਵੀ ਗਿਰ ਸਕਦੇ ਹਾਂ ਤੇ ਪਾਰ ਵੀ ਜਾ ਸਕਦੇ ਹਾਂ ਦੇਖੋ ਜੀ ਇਹਨੂੰ ਕਹਿੰਦੇ ਨੇ ਮੁਸ਼ਕਲਾਂ ਤੇ ਮੈਂ ਰਿਸਕ ਕੋਈ ਲੈਣਾ ਨਹੀਂ ਚਾਹੁੰਦਾ ਜੀ ਪਰ ਮੈਨੂੰ ਇੰਨਾ ਵੀ ਪਤਾ ਮੈਂ ਪਾਰ ਵੀ ਕਰ ਲਵਾਂਗਾ ਸ਼ਾਇਦ ਮੇਰਾ ਓਵਰ ਕੌਨਫੀਡੈਂਸ ਵੀ ਹੈ ਤੇ ਆਪਣਾ ਫੁੱਦੂ ਕੰਮ ਵੀ ਕਹਿ ਸਕਦਾ ਜੀ ਮੈਨੂੰ ਲੱਗਦਾ ਸ਼ਾਇਦ ਅੱਗੇ ਫੁੱਲ ਹੋਣਾ ਜੀ ਜਾ ਕੇ ਦੇਖਣਾ ਜੀ ਇੱਕ ਮਿੰਟ ਜੇ ਤੇ ਤਿਲਕ ਗਿਆ ਸੋਹਣਿਆ ਤੇ ਫੋਨ ਵੀ ਜਾਣਾ ਤੇ ਤੂੰ ਵੀ ਜਾਣਾ ਲੋ ਜੀ ਮੇਰੀਆਂ ਲੱਗਦਾ ਜੀ ਕੰਮ ਹੋ ਜਾਣਾ ਆਪਾਂ ਮੈਂ ਆਪਣੇ ਆਪ ਨੂੰ ਕਾਬੂ ਕਰ ਲੈਣਾ ਆਪਣੀ ਜਜ਼ਬਾਤਾਂ ਨੂੰ ਤੇ ਪਿੱਛੇ ਆ ਜਾਣਾ ਜੀ ਅੱਜ ਕੇ ਰਸਤਾ ਕਾਫੀ ਜੋਖਿਮ ਵਾਲਾ ਸੀ ਮਿਲਿਆ ਨਹੀਂ ਰਸਤਾ ਤੇ ਚਲੋ ਦੇਖਦੇ ਹਾਂ ਜੀ ਅੱਗੇ ਜਾ ਕੇ ਹੁਣ ਮੈਂ ਭੱਜਣਾ ਪਿਆ ਰਸਤਾ ਯਹਾਂ ਪਰ ਜੰਗਲ ਬਹੁਤ ਹੈ ਜੰਗਲ ਮੇਂ ਯਹਾਂ ਪਰ ਕੋਈ ਵੀ ਜੰਗਲੀ ਜੀਵ ਮਿਲ ਸਕਦਾ ਹੈ ਮੈਨੇ ਬੋਲਾ ਥਾ ਯਹਾਂ ਪਰ ਕੋਈ ਜੰਗਲੀ ਜੀਵ ਮਿਲ ਸਕਦਾ ਹੈ ਜੈ ਮੁਝੇ ਜੰਗਲੀ ਸੂਰ ਮਿਲ ਗਿਆ ਔਰ ਜੈਸੇ ਮੈਨੇ ਆਪਕੋ ਪਹਿਲੇ ਹੀ ਬਤਾਇਆ ਥਾ ਯਹਾਂ ਪਰ ਮੁਝੇ ਮਾਨਵ ਜਾਤੀ ਕਿ ਕੋਈ ਪ੍ਰਵਾਸੀ ਯਹਾਂ ਪੇ ਹੋਗਾ ਮੈਨੇ ਪਹਿਲੇ ਸੋਚਿਆ ਥਾ ਵੈਸਾ ਹੀ ਹੋ ਗਿਆ ਜੀ ਪੁੱਲ ਹੈ ਲੇਕਿਨ ਫਿਰ ਮੇਰਾ ਅੰਦਾਜ਼ਾ ਗਲਤ ਨਿਕਲ ਗਿਆ ਪੁੱਲ ਤੋਂ ਹੈ ਲੇਕਿਨ ਮੈਂ ਉਸਕੇ ਪਾਰ ਨਹੀਂ ਜਾ ਸਕਦਾ ਅੱਗੇ ਹੋਰ ਜਾਣਾ ਪੜੇਗਾ ਬਾਈ ਸਾਹਿਬ ਦੇਖਦੇ ਹਾਂ ਕਹਿਣਾ ਆਹ ਦੇਖੋ ਜੀ ਇਹਦੇ ਵੀ ਇੱਕ ਪੋਸਟਰ ਲੱਗਾ ਜੀ ਅਤੇ ਇਹਦਾ ਨਾਂ ਹੈ ਲੱਕੀ ਲੱਕੀ ਅਤੇ ਹੈ ਮੈਨਲੀ ਅਤੇ ਮੈਨੂੰ ਡਾਊਟ ਪੈਂਦਾ ਹੈ ਜੀ ਦੇਖੋ ਜੀ ਆਊਟ ਵੀ ਇੱਕੋ ਜਗ੍ਹਾ ਤੋਂ ਘੁੰਮੇ ਨੇ ਫਰਲੂ ਸਟਾਈਲ ਹੀ ਹੈ ਉਹ ਟਾਈਲ ਹੀ ਕਹਿ ਰਿਹਾ ਫਲਫਿੰਗ ਨਾ ਜੀ ਮੈਨੂੰ ਹੁਣ ਡਾਊਟ ਪੈਂਦਾ ਕਿ ਇਹ ਬੰਦਾ ਹੱਥੇ ਦੀ ਮਿਲੋ ਨੂੰ ਭਜਾ ਕੇ ਲੈ ਗਿਆ ਜੀ ਠੀਕ ਹੈ ਜੀ ਜਾਂ ਹੁਣ ਇੱਥੇ ਮੈਂ ਫੋਨ ਕਰਾਂ ਇਹ ਨੰਬਰ 'ਤੇ ਨੰਬਰ ਮੈਂ ਨੋਟ ਕਰ ਲਿਆ ਵੈਸੇ ਗੌਰ 'ਚ ਦੇਖੋ ਜੀ ਲੱਕੀ ਸ਼ੇਪ ਹੋਈ ਹੈ ਲੱਕੀ ਸ਼ੇਪ ਨੂੰ ਜਨਾਨੀਆਂ ਭਜਾਉਂਦਾ ਮੈਂ ਦੇਖਿਆ ਬਿੱਲੀਆਂ ਪਹਿਲੀ ਵਾਰ ਭਜਾਉਣ ਲੱਗ ਗਿਆ ਜੀ ਧਿਆਨ ਸੇ ਦੇਖੋ ਮੈਨੂੰ ਲੱਗਦਾ ਹੁਣ ਦੋਵਾਂ ਲੱਭਣਾ ਪੈਣਾ ਜੀ ਕੀ ਕਰੇਗਾ ਜੀ ਜੋੜਾ ਹੀ ਇਸ਼ਕ ਜੋੜਾ ਇਸ਼ਕ ਪਰੰਦੇ ਵਾਹ ਜੀ ਵਾਹ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਦੁਪਹਿਰੇ ਇੰਨੀ ਸੋਹਣੀ ਧੁੱਪ ਚੜ੍ਹੀ ਸੀ ਹੁਣ ਘੰਟਾ ਪਹਿਲਾਂ ਇੰਨਾ ਸੋਹਣੀਆਂ ਇੱਥੇ ਹਵਾ ਚੱਲਦੀ ਸੀ ਠੰਡੀ ਠੰਡੀ ਹੁਣ ਮੀਂਹ ਪੈਣ ਲੱਗ ਗਿਆ ਜੀ ਮੈਨੂੰ ਅੰਦਰ ਜਾਣਾ ਪੈਣਾ ਮੇਰੇ ਕੰਮ ਕਈ ਵਾਰ ਮੇਰੀ ਮਾਤਾ ਮੈਨੂੰ ਇੱਕ ਗੱਲ ਕਹਿੰਦੀ ਹੁੰਦੀ ਆ ਕਿ ਮੀਂਹ ਤੇਜ਼ ਹੋ ਗਿਆ ਲੈਟ ਮੈਨੂੰ ਯਾਦ ਹੈ ਕਈ ਵਾਰ ਮੇਰੀ ਮਾਤਾ ਇੱਕ ਗੱਲ ਕਹਿੰਦੀ ਹੁੰਦੀ ਆ ਇੱਥੇ ਕਿ ਕਈ ਵਾਰ ਸਾਡੇ ਇੰਡੀਆ ਆਪਣੇ ਇੰਡੀਆ ਮੀਂਹ ਪੈਂਦਾ ਅਤੇ ਮਾਤਾ ਪੁੱਛਦੀ ਕਿ ਇੱਥੇ ਮੀਂਹ ਪਿਆ ਅਤੇ ਉਹ ਕਹਿੰਦੀ ਕਿ ਜੇ ਸਾਡੇ ਇੱਧਰ ਪੈਂਦਾ ਤੁਹਾਡੇ ਉੱਧਰ ਵੀ ਪੈਂਦਾ ਮੀਂਹ ਮਤਲਬ ਕਈ ਵਾਰ ਤਾਂ ਚੀਜ਼ ਪ੍ਰੋਪਰ ਹੋ ਜਾਂਦੀ ਹੈ ਸਹੀ ਲੱਗਦਾ ਹੈ ਕਈ ਵਾਰ ਚੀਜ਼ ਲੋਜਿਕ ਹੀ ਲੱਗਦਾ ਹੈ ਕਿ ਇਹ ਚੀਜ਼ 'ਚ ਸੱਚਾਈ ਹੈ ਬਟ ਇੱਦਾਂ ਨਹੀਂ ਹੈ ਕਿਉਂਕਿ ਜੇ ਇੱਥੇ ਬਰਫ਼ ਪੈਂਦੀ ਤਾਂ ਇੰਡੀਆ ਹੀ ਬਰਫ਼ ਪੈਣੀ ਚਾਹੀਦੀ ਹੈ ਸਾਡੇ ਇਲਾਕੇ 'ਚ ਅਤੇ ਬਾਕੀ ਇੱਥੇ ਆਪਾਂ ਵੀਡੀਓ ਕਰਦੇ ਹਾਂ ਐਂਡ ਜੀ ਉਮੀਦ ਕਰਦਾ ਤੁਹਾਨੂੰ ਪਸੰਦ ਨਹੀਂ ਆਉਣੀ ਹੈ ਅਤੇ ਸਪੋਰਟ ਕਰੋ ਜੀ ਚੈਨਲ ਦੀ ਰੱਬ ਰਾਖਾ ਜੀ ਬਾਕੀ ਮਿਲਦੇ ਹਾਂ ਵੀਡੀਓ 'ਚ